ਜੇ ਤੁਸੀਂ ਵੀ YouTube ਦੀ ਵਰਤੋਂ ਕਰਦੇ ਹੋ ਤਾਂ ਹੁਣ ਤੁਹਾਨੂੰ ਯੂਟਿਊਬ 'ਤੇ ਦੁੱਗਣਾ ਮਜ਼ਾ ਆਉਣ ਵਾਲਾ ਹੈ। ਹੁਣ ਤੱਕ YouTube ਦੀ ਵਰਤੋਂ ਸਿਰਫ ਵੀਡੀਓ ਸਟ੍ਰੀਮਿੰਗ ਲਈ ਕੀਤੀ ਜਾਂਦੀ ਸੀ, ਪਰ ਹੁਣ ਇਹ ਇੱਕ ਗੇਮਿੰਗ ਪਲੇਟਫਾਰਮ ਵੀ ਬਣ ਗਿਆ। ਹੁਣ ਵੀਡੀਓ ਦੇਖਣ ਦੇ ਨਾਲ ਨਾਲ ਤੁਸੀਂ YouTube 'ਤੇ ਗੇਮ ਵੀ ਖੇਡ ਸਕੋਗੇ। YouTube ਨੇ ਆਪਣੇ ਲੱਖਾਂ ਯੂਜ਼ਰ ਲਈ ਨਵੇਂ ਫੀਚਰਸ ਨੂੰ ਵੀ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਦੁਨੀਆ ਭਰ ਵਿੱਚ ਲੱਖਾਂ ਲੋਕ ਰੋਜ਼ਾਨਾ YouTube ਦੀ ਵਰਤੋਂ ਕਰਦੇ ਨੇ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਹੈ। ਹੁਣ ਯੂਜ਼ਰ ਵੀ ਇਸ 'ਚ ਗੇਮਿੰਗ ਦਾ ਮਜ਼ਾ ਲੈਣ ਜਾ ਰਹੇ ਨੇ। YouTube ਨੇ ਗੇਮਿੰਗ ਲਈ ਪਲੇਏਬਲ ਫੀਚਰ ਲਾਂਚ ਕੀਤਾ ਹੈ। ਇਹ ਫੀਚਰ 3 ਪਲੇਟਫਾਰਮਾਂ ਐਂਡਰੋਇਡ, iOS ਅਤੇ ਵੈਬ 'ਤੇ ਕੰਮ ਕਰੇਗਾ। ਨਵੇਂ ਫੀਚਰ ਦੇ ਆਉਣ ਤੋਂ ਬਾਅਦ ਹੁਣ YouTube ਦੇ ਆਮ ਯੂਜ਼ਰ ਵੀ ਗੇਮਿੰਗ ਦਾ ਆਨੰਦ ਲੈ ਸਕਣਗੇ। YouTube 'ਚ ਪਲੇਏਬਲ ਫੀਚਰ 'ਤੇ ਆਉਣ ਤੋਂ ਬਾਅਦ ਲੋਕਾਂ ਨੂੰ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਹੁਣ ਗੇਮਿੰਗ ਲਈ ਕੋਈ ਵੱਖਰਾ ਗੇਮਿੰਗ ਐਪ ਡਾਊਨਲੋਡ ਕਰਨ ਦੀ ਲੋੜ ਨਹੀਂ ਹੋਵੇਗੀ। ਇਸ ਫੀਚਰ 'ਚ ਯੂਜ਼ਰ ਇੱਕ ਜਗ੍ਹਾ 'ਤੇ ਕਈ ਗੇਮਾਂ ਦਾ ਆਨੰਦ ਲੈ ਸਕਣਗੇ। ਤੁਹਾਨੂੰ ਦੱਸ ਦਈਏ ਕਿ YouTube ਨੇ ਫਿਲਹਾਲ ਪਲੇਏਬਲ ਫੀਚਰ 'ਚ 75 ਤੋਂ ਜ਼ਿਆਦਾ ਗੇਮਾਂ ਨੂੰ ਉਪਲਬਧ ਕਰਵਾਇਆ ਹੈ। ਇਸ ਫੀਚਰ ਵਿੱਚ ਵੱਖ ਵੱਖ ਯੂਜ਼ਰ ਦੀਆਂ ਤਰਜੀਹਾਂ ਦੇ ਮੁਤਾਬਕ ਗੇਮਾਂ ਖੇਡ ਦੀ ਸੂਚੀ ਨੂੰ ਵੱਖ ਵੱਖ ਸੂਚੀਆਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ। ਟ੍ਰਿਵੀਆ, ਕ੍ਰੈਕ, ਐਂਗਰੀ ਬਰਡਸ, ਸ਼ੋਡਾਊਨ ਵਰਗੀਆਂ ਕਈ ਗੇਮਾਂ ਇਸ ਸੂਚੀ ਵਿੱਚ ਮੌਜੂਦ ਨੇ। ਤੁਹਾਨੂੰ ਦੱਸ ਦਈਏ ਕਿ ਇਸ ਗੇਮਿੰਗ ਫੀਚਰ ਲਈ ਇੱਕ ਨਵਾਂ ਡੈਸਟੀਨੇਸ਼ਨ ਪੇਜ ਵੀ ਤਿਆਰ ਕੀਤਾ ਗਿਆ ਹੈ। ਜੇ ਤੁਸੀਂ ਗੇਮ ਖੇਡਣਾ ਚਾਹੁੰਦੇ ਹੋ ਤਾਂ ਤੁਸੀਂ ਪੋਡਕਾਸਟ ਹੱਬ ਰਾਹੀਂ ਐਕਸਪਲੋਰ ਮੀਨਿਊ 'ਤੇ ਜਾ ਕੇ ਇਸ ਦੀ ਵਰਤੋਂ ਕਰ ਸਕਦੇ ਹੋ। ਇਸ ਪੇਜ 'ਤੇ ਪਹੁੰਚਣ ਤੋਂ ਬਾਅਦ ਯੂਜ਼ਰ ਨੂੰ ਗੇਮ ਦੀ ਸੂਚੀ ਮਿਲੇਗੀ ਅਤੇ ਫਿਰ ਤੁਸੀਂ ਆਪਣੀ ਮਨਪਸੰਦ ਗੇਮ ਖੇਡ ਸਕਦੇ ਹੋ।